ਰਾਘਵ ਚੱਡਾ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਦੇ ਵਿੱਚੋਂ ਇੱਕ ਨੇ। ਦੱਸਦੇ ਕਿ ਪਰਨੀਤੀ ਚੋਪੜਾ ਤੇ ਰਾਘਵ ਚੱਡਾ ਦੋਨਾਂ ਨੇ 2023 ਦੇ ਵਿੱਚ ਵਿਆਹ ਰਚਾਇਆ ਸੀ। ਉਦੋਂ ਤੋਂ ਹੀ ਦੋਵੇਂ ਅਕਸਰ ਇੱਕ ਦੂਜੇ ਦੇ ਨਾਲ ਪਿਆਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਹਾਲਾਂਕਿ ਪਰਨੀਤੀ ਚੋਪੜਾ ਦੇ ਪਤੀ ਰਾਘਵ ਚੱਡਾ ਇੰਨੇ ਦਿਨੀ ਮੁਸ਼ਕਿਲ ਦੇ ਨਾਲ ਜੂਝ ਰਹੇ ਨੇ। ਜੀ ਹਾਂ, ਜਿੱਥੇ ਪਰਨੀਤੀ ਚੋਪੜਾ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ, ਉੱਥੇ ਦੂਜੇ ਪਾਸੇ ਉਹਨਾਂ ਨੂੰ ਆਪਣੇ ਪਤੀ ਰਾਘਵ ਚੱਡਾ ਦੀ ਬਿਮਾਰੀ ਦੇ ਵੱਲ ਵੀ ਧਿਆਨ ਦੇਣਾ ਪੈ ਰਿਹਾ ਹੈ। ਇਸ ਕਾਰਨ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਜ਼ਿਆਦਾ ਚੁਣੌਤੀਆਂ ਦਾ ਪਰਨੀਤੀ ਚੋਪੜਾ ਸਾਹਮਣਾ ਕਰ ਰਹੇ ਨੇ। ਦੱਸਦੇ ਕਿ ਪਰਨੀਤੀ ਦੇ ਰਾਜਨੇਤਾ ਪਤੀ ਰਾਘਵ ਚੱਡਾ ਦੀ ਬ੍ਰਿਟੇਨ ਦੇ ਵਿੱਚ ਅੱਖਾਂ ਦੀ ਸਰਜਰੀ ਹੋਈ ਹੈ ਅਤੇ ਜੇਕਰ ਉਹਨਾਂ ਦਾ ਸਮੇਂ ਤੇ ਇਲਾਜ ਨਾ ਹੁੰਦਾ ਤਾਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਸਕਦੀ ਸੀ। ਦੱਸਦੇ ਕਿ ਸੌਰਭ ਭਾਰਦਵਾਜ ਨੇ ਖੁਲਾਸਾ ਕੀਤਾ ਹੈ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਚੋਣਾਂ ਦੇ ਦੌਰਾਨ ਪ੍ਰਚਾਰ ਪ੍ਰੋਗਰਾਮ ਦੇ ਵਿੱਚ ਮੌਜੂਦ ਨਹੀਂ ਹਨ ਕਿਉਂਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ। ਉਹਨਾਂ ਕਿਹਾ ਕਿ ਰਾਘਵ ਚੱਡਾ ਆਪਣੀ ਅੱਖ ਦੀ ਸਰਜਰੀ ਦੇ ਲਈ ਇਸ ਸਮੇਂ UK ਦੇ ਵਿੱਚ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਸਮੱਸਿਆ ਬਹੁਤ ਗੰਭੀਰ ਸੀ। ਅੰਨਾਪਣ ਵੀ ਰਾਘਵ ਚੱਡਾ ਨੂੰ ਹੋ ਸਕਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਉਹਨਾਂ ਦਾ ਇਲਾਜ ਹੋਵੇਗਾ ਉਹ ਜਲਦ ਵਾਪਸ ਆਉਣਗੇ ਅਤੇ ਸਾਡੇ ਨਾਲ ਮੁਹਿੰਮ ਦੇ ਵਿੱਚ ਸ਼ਾਮਿਲ ਹੋਣਗੇ। ਅਜਿਹਾ ਇਹ ਜੋ ਬਿਆਨ ਹੈ ਸੌਰਭ ਭਾਰਦਵਾਜ ਦੇ ਵੱਲੋਂ ਦਿੱਤਾ ਗਿਆ। ਸੋ ਤੁਹਾਨੂੰ ਦੱਸ ਦਈਏ ਕਿ ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਦੇ ਵਿੱਚ ਹੋਇਆ ਸੀ। ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇਹ ਵਿਆਹ ਰਚਾਇਆ ਗਿਆ ਸੀ। ਉਸ ਤੋਂ ਬਾਅਦ ਦੋਵਾਂ ਨੇ ਹੀ ਯਾਨੀ ਦੋਨਾਂ ਦੀ ਜੋੜੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਤਸਵੀਰਾਂ ਅਤੇ ਵਿਆਹ ਤੋਂ ਬਾਅਦ ਕਾਫੀ ਵੀਡੀਓ ਸਾਂਝੀਆਂ ਵੀ ਕੀਤੀਆਂ। ਹਾਲਾਂਕਿ ਦੋਨੋਂ ਇਕੱਠੇ ਵਿਆਹ ਤੋਂ ਬਾਅਦ ਕਈ ਵਾਰ ਨਜ਼ਰ ਵੀ ਆਏ ਅਤੇ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਰਾਘਵ ਚੱਡਾ ਕਿਤੇ ਨਾ ਕਿਤੇ ਪਰੇਸ਼ਾਨੀਆਂ ਦੇ ਵਿੱਚ ਜ਼ਰੂਰ ਲੰਘ ਰਹੇ ਨੇ। ਸੋ ਇਹਨਾਂ ਸਮੇਂ ਦੇ ਦੌਰਾਨ ਰਾਘਵ ਚੱਡਾ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੈ। ਜੇਕਰ ਇਹ ਆਪਰੇਸ਼ਨ ਨਾ ਕਰਵਾਇਆ ਜਾਂਦਾ ਤਾਂ ਰਾਘਵ ਚੱਡਾ ਅੰਨੇ ਵੀ ਹੋ ਸਕਦੇ ਸੀ, ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ, ਅਜਿਹਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਪਰ ਫਿਲਹਾਲ ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਦੀ ਜੋੜੀ ਤੁਹਾਨੂੰ ਕਿੰਨੀ ਕਿਉਂ ਪਸੰਦ ਹੈ, ਤੁਸੀਂ ਵੀ ਇਸ ਵਿਸ਼ੇ ਨੂੰ ਲੈ ਕੇ ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰਨਾ। ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਦੇ ਵਿੱਚੋਂ ਇੱਕ ਨੇ। ਦੱਸਦੇ ਕਿ ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਦੋਨਾਂ ਨੇ 2023 ਦੇ ਵਿੱਚ ਵਿਆਹ ਰਚਾਇਆ ਸੀ। ਉਦੋਂ ਤੋਂ ਹੀ ਦੋਵੇਂ ਅਕਸਰ ਇੱਕ ਦੂਜੇ ਦੇ ਨਾਲ ਪਿਆਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਹਾਲਾਂਕਿ ਪਰਨੀਤੀ ਚੋਪੜਾ ਦੇ ਪਤੀ ਰਾਘਵ ਚੱਡਾ ਇੰਨੇ ਦਿਨੀ ਮੁਸ਼ਕਿਲ ਦੇ ਨਾਲ ਜੂਝ ਰਹੇ ਨੇ। ਜੀ ਹਾਂ, ਜਿੱਥੇ ਪਰਨੀਤੀ ਚੋਪੜਾ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ, ਉੱਥੇ ਦੂਜੇ ਪਾਸੇ ਉਹਨਾਂ ਨੂੰ ਆਪਣੇ ਪਤੀ ਰਾਘਵ ਚੱਡਾ ਦੀ ਬਿਮਾਰੀ ਦੇ ਵੱਲ ਵੀ ਧਿਆਨ ਦੇਣਾ ਪੈ ਰਿਹਾ ਹੈ। ਇਸ ਕਾਰਨ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਜ਼ਿਆਦਾ ਚੁਣੌਤੀਆਂ ਦਾ ਪਰਨੀਤੀ ਚੋਪੜਾ ਸਾਹਮਣਾ ਕਰ ਰਹੇ ਨੇ। ਦੱਸਦੇ ਕਿ ਪਰਨੀਤੀ ਦੇ ਰਾਜਨੇਤਾ ਪਤੀ ਰਾਘਵ ਚੱਡਾ ਦੀ ਬ੍ਰਿਟੇਨ ਦੇ ਵਿੱਚ ਅੱਖਾਂ ਦੀ ਸਰਜਰੀ ਹੋਈ ਹੈ ਅਤੇ ਜੇਕਰ ਉਹਨਾਂ ਦਾ ਸਮੇਂ ਤੇ ਇਲਾਜ ਨਾ ਹੁੰਦਾ ਤਾਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਸਕਦੀ ਸੀ। ਦੱਸਦੇ ਕਿ ਸੌਰਭ ਭਾਰਦਵਾਜ ਨੇ ਖੁਲਾਸਾ ਕੀਤਾ ਹੈ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਚੋਣਾਂ ਦੇ ਦੌਰਾਨ ਪ੍ਰਚਾਰ ਪ੍ਰੋਗਰਾਮ ਦੇ ਵਿੱਚ ਮੌਜੂਦ ਨਹੀਂ ਹਨ ਕਿਉਂਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ। ਉਹਨਾਂ ਕਿਹਾ ਕਿ ਰਾਘਵ ਚੱਡਾ ਆਪਣੀ ਅੱਖ ਦੀ ਸਰਜਰੀ ਦੇ ਲਈ ਇਸ ਸਮੇਂ UK ਦੇ ਵਿੱਚ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਸਮੱਸਿਆ ਬਹੁਤ ਗੰਭੀਰ ਸੀ। ਅੰਨਾਪਣ ਵੀ ਰਾਘਵ ਚੱਡਾ ਨੂੰ ਹੋ ਸਕਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਉਹਨਾਂ ਦਾ ਇਲਾਜ ਹੋਵੇਗਾ ਉਹ ਜਲਦ ਵਾਪਸ ਆਉਣਗੇ ਅਤੇ ਸਾਡੇ ਨਾਲ ਮੁਹਿੰਮ ਦੇ ਵਿੱਚ ਸ਼ਾਮਿਲ ਹੋਣਗੇ। ਅਜਿਹਾ ਇਹ ਜੋ ਬਿਆਨ ਹੈ ਸੌਰਭ ਭਾਰਦਵਾਜ ਦੇ ਵੱਲੋਂ ਦਿੱਤਾ ਗਿਆ। ਸੋ ਤੁਹਾਨੂੰ ਦੱਸ ਦਈਏ ਕਿ ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਦੇ ਵਿੱਚ ਹੋਇਆ ਸੀ। ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇਹ ਵਿਆਹ ਰਚਾਇਆ ਗਿਆ ਸੀ। ਉਸ ਤੋਂ ਬਾਅਦ ਦੋਵਾਂ ਨੇ ਹੀ ਯਾਨੀ ਦੋਨਾਂ ਦੀ ਜੋੜੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਤਸਵੀਰਾਂ ਅਤੇ ਵਿਆਹ ਤੋਂ ਬਾਅਦ ਕਾਫੀ ਵੀਡੀਓ ਸਾਂਝੀਆਂ ਵੀ ਕੀਤੀਆਂ। ਹਾਲਾਂਕਿ ਦੋਨੋਂ ਇਕੱਠੇ ਵਿਆਹ ਤੋਂ ਬਾਅਦ ਕਈ ਵਾਰ ਨਜ਼ਰ ਵੀ ਆਏ ਅਤੇ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਰਾਘਵ ਚੱਡਾ ਕਿਤੇ ਨਾ ਕਿਤੇ ਪਰੇਸ਼ਾਨੀਆਂ ਦੇ ਵਿੱਚ ਜ਼ਰੂਰ ਲੰਘ ਰਹੇ ਨੇ। ਸੋ ਇਹਨਾਂ ਸਮੇਂ ਦੇ ਦੌਰਾਨ ਰਾਘਵ ਚੱਡਾ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੈ। ਜੇਕਰ ਇਹ ਆਪਰੇਸ਼ਨ
ਨਾ ਕਰਵਾਇਆ ਜਾਂਦਾ ਤਾਂ ਰਾਘਵ ਚੱਡਾ ਅੰਨੇ ਵੀ ਹੋ ਸਕਦੇ ਸੀ, ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ, ਅਜਿਹਾ ਦਾਵਾ ਵੀ ਕੀਤਾ ਜਾ ਰਿਹਾ। ਪਰ ਫਿਲਹਾਲ ਪਰਨੀਤੀ ਚੋਪੜਾ ਅਤੇ ਰਾਘਵ ਚੱਡਾ ਦੀ ਜੋੜੀ ਤੁਹਾਨੂੰ ਕਿੰਨੀ ਕੁ ਪਸੰਦ ਹੈ, ਤੁਸੀਂ ਵੀ ਇਸ ਵਿਸ਼ੇ ਨੂੰ ਲੈ ਕੇ ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰਨਾ।